ਮੁਖ ਪ੍ਰਸ਼ਾਸਨ, ਪੰਜਾਬ ਸਰਕਾਰ, ਮੁਖ ਪ੍ਰਸ਼ਾਸਨ, ਪੰਜਾਬ ਸਰਕਾਰ, ਮੁਖ ਪ੍ਰਸ਼ਾਸਨ, ਪੰਜਾਬ ਸਰਕਾਰ, ਮੁਖ ਪ੍ਰਸ਼ਾਸਨ, ਪੰਜਾਬ ਸਰਕਾਰ, ਮੁਖ ਪ੍ਰਸ਼ਾਸਨ, ਮੁਖ ਪ੍ਰਸ਼ਾਸਨ, ਬਦਮਾਸ਼ਾਂ ਦੀ ਮਦਦ ਤੋਂ ਪਹਿਲਾਂ ਹੋ ਨਹੀਂ ਸਕਦਾ ਤਾਂ ਸੋਚੋ ਇਹ ਕਿੰਨੀਆਂ ਜ਼ਿਆਦਾ ਇਹ ਬਾਜ ਉਤਰਨਗੇ ਤੇ ਅੱਗੇ ਅੱਗੇ ਗੱਲ ਬਣਦੀ ਜਾਊਗੀ। ਇਸੇ ਕਰਕੇ ਪੁਲਿਸ ਜਿਹੜੀ ਢੀਠ ਬਣੀ ਹੋਈ ਆ ਉਹਦੀ ਲਾਸ਼ ਨਹੀਂ ਲੱਭ ਰਹੀ, ਕਿਉਂਕਿ ਲਾਸ਼ ਲੱਭੂਗੀ ਨਹੀਂ ਤਾਂ ਜਿਹੜਾ ਪਰਚਾ ਵੀ ਦਰਜ ਹੋਊਗਾ ਉਹ ਵੀ ਮਿੱਟੀ ਹੋ ਜਾਊਗਾ। ਜਾਣ ਬੁੱਝ ਕੇ ਕੀਤਾ ਜਾ ਰਿਹਾ ਇਹ ਸਿਰਫ ਤੇ ਸਿਰਫ ਸਾਡੇ ਲੋਕਾਂ ਨੂੰ ਭੜਕਾਉਣ ਦੇ ਲਈ, ਸਾਡੇ ਲੋਕਾਂ ਨੂੰ ਸਾਡੇ ਜਿਹੜਾ ਪ੍ਰੋਸੈਸ ਚੱਲ ਰਿਹਾ ਉਹਨੂੰ ਲੀਹੋ ਲਾਉਣ ਲਈ ਸਰਕਾਰ ਕੋਚੀਆਂ ਚਾਲਾਂ ਚੱਲ ਰਹੀ, ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਪਾ ਰਹੀ। ਅਸੀਂ ਕਹਿੰਦੇ ਵੀ ਜਿਹੜੀ ਵੀਡੀਓ ਕੱਲ੍ਹ ਆਈ ਆ ਕਿਸੇ ਅੰਮ੍ਰਿਤ ਨਾਂ ਦੇ ਬੰਦੇ ਨੇ ਜਿਹੜੀ ਜਾਰੀ ਕੀਤੀ ਉਹਨੂੰ ਫੜਨਾ ਚਾਹੀਦਾ, ਉਹਦੀ ਵੀ ਪੁੱਛ ਪੜਤਾਲ ਹੋਣੀ ਚਾਹੀਦੀ ਆ, ਉਹਦਾ ਸਾਰਾ ਕੁਛ ਨਿਕਲ ਆਊਗਾ। ਸੋ ਭਰਾਵੋ ਇਹ ਜਿਹੜਾ ਨੌਜਵਾਨ ਇਹ ਮਾਰਿਆ ਗਿਆ ਇਹ ਕਿਸੇ ਨਾਲ ਵਾਪਰ ਸਕਦਾ, ਬੇਸ਼ੱਕ ਉਹਦੀ ਗਲਤੀ ਹੋਵੇ ਜਾਂ ਨਾ ਹੋਵੇ, ਜੇ ਉਹਨੇ ਗਲਤੀ ਕੀਤੀ ਤਾਂ ਪੁਲਿਸ ਦਾ ਕੰਮ ਨੂੰ ਫੜਨਾ, ਅਦਾਲਤ ਤੇ ਪੇਸ਼ ਕਰਨਾ, ਸਜ਼ਾ ਅਦਾਲਤ ਨੇ ਦੇਣੀ। ਕਾਹਦੇ ਲਈ ਬਣਾਏ ਨੇ ਕਾਨੂੰਨ? ਕੀ ਪੁਲਿਸ ਕੋਲ ਥੋੜੀ ਵੀ ਬੰਦੇ ਨੂੰ ਫੜ ਕੇ ਮਾਰ ਦਿਓ ਤੇ ਫਿਰ ਵੀ ਲਾਸ਼ ਵੀ ਖੁੱਦ ਖੁੱਦ ਕਰ ਦਿਓ? ਇਹ ਕੋਈ ਥੋੜੀ ਨਹੀਂ, ਇਹ ਤਾਂ ਕਿਸੇ ਨਾਲ ਨਹੀਂ ਹੋ ਸਕਦਾ। ਮੇਰੇ ਨਾਲ ਹੋ ਸਕਦਾ, ਮੇਰਾ ਵੀ ਕਈ ਸਾਲਾਂ ਦਾ ਭਰਾ, ਮੇਰੇ ਪੁੱਤਰ ਨਾਲ ਹੋ ਸਕਦਾ, ਤੁਹਾਡੇ ਨਾਲ ਹੋ ਸਕਦਾ, ਤੁਹਾਡੇ ਧੀਆਂ ਪੁੱਤਰ ਨਾਲ ਹੋ ਸਕਦਾ। ਤੇ ਇਹ ਕੁਛ ਕਰਦੇ ਤੁਸੀਂ ਪੁਲਿਸ ਚਾਹੇ ਇੱਥੋਂ ਦੇ ਰਾਜਨੀਤਿਕ ਲੀਡਰ ਇਸ ਗੱਲ ਤੇ ਉਤਰੇ ਹੋਏ ਨੇ। ਸੋ ਇਸ ਗੱਲ ਤੋਂ ਬਚਾਅ ਤਾਂ ਹੀ ਹੋ ਸਕਦਾ ਜੇ ਆਪਾਂ ਸਾਰੇ ਇਕੱਠੇ ਹੋ ਕੇ ਬੇਸ਼ੱਕ ਆਪਣੇ ਵਿਚਾਰ ਆਦਰ ਹੋ ਸਕਦੇ ਆ, ਆਪਣੇ ਚ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ, ਪਰ ਇਹ ਮਸਲਾ ਸਾਡਾ ਸਾਰਿਆਂ ਦਾ, ਪੰਜਾਬੀਆਂ ਦਾ, ਸਿੱਖਾਂ ਦਾ, ਸਾਰਿਆਂ ਦਾ ਸਾਂਝਾ। ਸੋ ਸਾਨੂੰ ਆਪਦੀ ਜਵਾਨੀ ਦੇ ਖੂਨ ਦੇ ਵਿੱਚ ਹੱਥ ਰੰਗ ਕੇ ਆਪਣੇ ਮਹਿਲ, ਆਪਣੇ ਘਰ ਉਸਾਰਦੇ ਹੈ। ਵੀਰੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਦਮੀ ਹਮਾਇਤ ਕਰਦੀ ਹੈ ਔਰ 29 ਤਰੀਕ ਨੂੰ ਫਰੀਦਕੋਟ ਵਿਖੇ ਅਸੀਂ ਆਪਦੇ ਜਿੰਨੇ ਵੀ ਜੁਝਾਰੂ ਮੋਢੇ ਲੈ ਕੇ ਉੱਥੇ ਹਾਜ਼ਰੀ ਭਰਾਂਗੇ, ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਇਹਨਾਂ ਹਾਕਮਾਂ ਨੂੰ ਦੱਸ ਦਿਆਂਗੇ, ਇਹਨਾਂ ਕਾਤਲਾਂ ਨੂੰ, ਇਹਨਾਂ ਡਾਕੂਆਂ ਨੂੰ, ਇਹਨਾਂ ਚੋਰਾਂ ਨੂੰ ਦੱਸ ਦਿਆਂਗੇ ਕਿ ਹੁਣ ਇੱਥੋਂ ਦੀ ਜਨਤਾ ਜਾਗ ਪਈ ਹੈ, ਇੱਥੋਂ ਦਾ ਪੰਜਾਬ ਦੇ ਲੋਕ, ਪੰਜਾਬ ਦੇ ਲੋਕ ਐ ਨਹੀਂ ਮਰਦੇ ਰਹਿਣਗੇ। ਇਹ ਪੰਜਾਬ ਦੇ ਲੋਕ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ, ਪੰਜਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਚਿੱਟੀਆਂ ਕਈਆਂ ਤੇ ਬੈਠ ਕੇ, ਇਹ ਉਹਨਾਂ ਦੀ ਔਲਾਦ ਹੈ। ਜੇ ਅਸੀਂ ਦੁੱਖ ਸਹਿਣਾ ਵੀ ਜਾਣਦੇ ਹਾਂ ਤੇ ਅਸੀਂ ਫਿਰ ਧੌਲ ਮਰੋੜਨੀ ਵੀ ਜਾਣਦੇ ਹਾਂ। ਲੈਣੇ ਵੀ ਜਾ ਰਹੇ ਆ। ਸੋ ਮੈਂ ਬਾਹਲਾ ਟਾਈਮ ਨਹੀਂ ਲੈਣਾ,
ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਬਦਮਾਸ਼ਾਂ ਦੀ ਵਰਤੋਂ ਪਹਿਲਾਂ ਹੋ ਨਹੀਂ ਸਕਦਾ ਤਾਂ ਸੋਚੋ ਕਿੰਨੀਆਂ ਜ਼ਿਆਦਾ ਇਹ ਬਾਜ਼ ਉਤਰਨਗੇ ਤੇ ਅੱਗੇ ਅੱਗੇ ਗੱਲ ਬਣਦੀ ਜਾਊਗੀ। ਇਸੇ ਕਰਕੇ ਪੁਲਿਸ ਜਿਹੜੀ ਝੀਲ ਬਣੀ ਹੋਈ ਆ ਉਹਦੀ ਲਾਸ਼ ਨਹੀਂ ਲੱਭ ਰਹੀ, ਕਿਉਂਕਿ ਲਾਸ਼ ਲੱਭੂਗੀ ਨਹੀਂ ਤਾਂ ਜਿਹੜਾ ਪਰਚਾ ਵੀ ਦਰਜ ਹੋਊਗਾ ਉਹ ਵੀ ਮਿੱਟੀ ਹੋ ਜਾਊਗਾ। ਜਾਣ ਬੁੱਝ ਕੇ ਕੀਤਾ ਜਾ ਰਿਹਾ ਇਹ ਸਿਰਫ ਤੇ ਸਿਰਫ ਸਾਡੇ ਲੋਕਾਂ ਨੂੰ ਭੜਕਾਉਣ ਦੇ ਲਈ, ਸਾਡੇ ਲੋਕਾਂ ਨੂੰ ਸਾਡੇ ਜਿਹੜਾ ਪ੍ਰੋਸੈਸ ਟੈਸਟ ਚੱਲ ਰਿਹਾ ਉਹਨੂੰ ਲੀਹੋ ਲਾਉਣ ਲਈ ਸਰਕਾਰ ਕੋਚੀਆਂ ਚਾਲਾਂ ਚੱਲ ਰਹੀ, ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਪਾ ਰਹੀ। ਅਸੀਂ ਕਹਿੰਦੇ ਵੀ ਜਿਹੜੀ ਵੀਡੀਓ ਕੱਲ੍ਹ ਆਈ ਆ ਕਿਸੇ ਅੰਮ੍ਰਿਤ ਨਾਂ ਦੇ ਬੰਦੇ ਨੇ ਜਿਹੜੀ ਜਾਰੀ ਕੀਤੀ ਉਹਨੂੰ ਫੜਨਾ ਚਾਹੀਦਾ, ਉਹਦੀ ਵੀ ਪੁੱਛ ਪੜਤਾਲ ਹੋਣੀ ਚਾਹੀਦੀ ਆ, ਉਹਨੂੰ ਸਾਰਾ ਕੁਛ ਨਿਕਲ ਆਊਗਾ। ਸੋ ਭਰਾਵੋ ਇਹ ਜਿਹੜਾ ਨੌਜਵਾਨ ਇਹ ਮਾਰਿਆ ਗਿਆ ਇਹ ਕਿਸੇ ਨਾਲ ਵਾਪਰ ਸਕਦਾ, ਬੇਸ਼ੱਕ ਉਹਦੀ ਗਲਤੀ ਹੋਵੇ ਜਾਂ ਨਾ ਹੋਵੇ, ਜੇ ਉਹਨੇ ਗਲਤੀ ਕੀਤੀ ਤਾਂ ਪੁਲਿਸ ਦਾ ਕੰਮ ਨੂੰ ਫੜਨਾ, ਅਦਾਲਤ ਤੇ ਪੇਸ਼ ਕਰਨਾ, ਸਜ਼ਾ ਅਦਾਲਤ ਨੇ ਦੇਣੀ। ਕਾਹਦੇ ਲਈ ਬਣਾਏ ਨੇ ਕਾਨੂੰਨ? ਕੀ ਪੁਲਿਸ ਕੋਲ ਥੋੜੀ ਵੀ ਬੰਦੇ ਨੂੰ ਫੜ ਕੇ ਮਾਰ ਦਿਓ ਤੇ ਫਿਰ ਵੀ ਲਾਸ਼ ਵੀ ਖੁੱਦ ਖੁੱਦ ਕਰ ਦਿਓ? ਇਹ ਕੋਈ ਥੋੜੀ ਨਹੀਂ, ਏਦਾਂ ਕਿਸੇ ਨਾਲ ਨਹੀਂ ਹੋ ਸਕਦਾ। ਮੇਰੇ ਨਾਲ ਹੋ ਸਕਦਾ, ਮੇਰਾ ਵੀ 23 ਸਾਲਾਂ ਦਾ ਭਰਾ ਮੇਰੇ ਪੁੱਤਰ ਨਾਲ ਹੋ ਸਕਦਾ, ਤੁਹਾਡੇ ਨਾਲ ਹੋ ਸਕਦਾ, ਤੁਹਾਡੇ ਧੀਆਂ ਪੁੱਤਰ ਨਾਲ ਹੋ ਸਕਦਾ। ਤੇ ਇਹ ਕੁਛ ਕਰਦੇ ਸੁਣੀ ਪੁਲਿਸ ਜਾਂ ਇੱਥੋਂ ਦੇ ਰਾਜਨੀਤਿਕ ਲੀਡਰ ਇਸ ਗੱਲ ਤੋਂ ਉੱਤਰੇ ਹੋਏ ਨੇ। ਸੋ ਇਸ ਗੱਲ ਤੋਂ ਬਚਾਅ ਤਾਂ ਹੀ ਹੋ ਸਕਦਾ ਜੇ ਆਪਾਂ ਸਾਰੇ ਇਕੱਠੇ ਹੋ ਕੇ, ਬੇਸ਼ੱਕ ਆਪਣੇ ਵਿਚਾਰ ਆਦਰ ਹੋ ਸਕਦੇ ਆ, ਆਪਣੇ 'ਚ ਵਿਚਾਰਾਂ ਦੇ ਵਖਰੇਵੇ ਹੋ ਸਕਦੇ ਆ, ਪਰ ਇਹ ਮਸਲਾ ਸਾਡਾ ਸਾਰਿਆਂ ਦਾ, ਪੰਜਾਬੀਆਂ ਦਾ, ਸਿੱਖਾਂ ਦਾ, ਸਾਰਿਆਂ ਦਾ ਸਾਂਝਾ। ਆਪਦੀ ਜਵਾਨੀ ਦੇ ਖੂਨ ਦੇ ਵਿੱਚ ਹੱਥ ਰੰਗ ਕੇ ਆਪਣੇ ਮਹਿਲ, ਆਪਣੇ ਘਰ ਉਸਾਰਦੇ ਹੈ ਵੀਰੋ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਦਮੀ ਹਦਾਇਤ ਕਰਦੀ ਹੈ ਔਰ 29 ਤਰੀਕ ਨੂੰ ਫਰੀਦਕੋਟ ਵਿਖੇ ਅਸੀਂ ਆਪਦੇ ਜਿੰਨੇ ਵੀ ਜੁਝਾਰੂ ਮੋਢੇ ਲੈ ਕੇ ਉੱਥੇ ਹਾਜ਼ਰੀ ਭਰਾਂਗੇ, ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਇਹਨਾਂ ਹਾਕਮਾਂ ਨੂੰ ਦੱਸ ਦਿਆਂਗੇ, ਇਹਨਾਂ ਕਾਤਲਾਂ ਨੂੰ, ਇਹਨਾਂ ਡਾਕੂਆਂ ਨੂੰ, ਇਹਨਾਂ ਚੋਰਾਂ ਨੂੰ ਦੱਸ ਦਿਆਂਗੇ ਕਿ ਹੁਣ ਇੱਥੋਂ ਦੀ ਜਨਤਾ ਜਾਗ ਪਈ ਹੈ, ਇੱਥੋਂ ਦਾ ਪੰਜਾਬ ਦੇ ਲੋਕ, ਪੰਜਾਬ ਦੇ ਲੋਕ ਐ ਨਹੀਂ ਮਰਦੇ ਰਹਿਣਗੇ। ਇਹ ਪੰਜਾਬ ਦੇ ਲੋਕ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ, 5ਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੱਤੀਆਂ ਤਨੀਆਂ ਤੇ ਬੈਠ ਕੇ, ਇਹ ਉਹਨਾਂ ਦੀ ਔਲਾਦ ਹੈ। ਜੇ ਅਸੀਂ ਦੁੱਖ ਸਹਿਣਾ ਵੀ ਜਾਣਦੇ ਹਾਂ ਤੇ ਅਸੀਂ ਫਿਰ ਧੌਣ ਮਰੋੜਨੀ ਵੀ ਜਾਣਦੇ ਹਾਂ। ਇਹ ਸ਼ਹੀਦ ਭਗਤ ਸਿੰਘ ਬੰਦਾ ਸਿੰਘ ਬਹਾਦਰ ਸ਼ਹੀਦ ਊਧਮ ਸਿੰਘ ਦੇ ਵਾਰਸ ਆ, ਇਹ
ਚੁੱਪ ਕਰਕੇ ਬੈਠਣ ਵਾਲੇ ਨੀ, ਤੁਸੀਂ ਜੋ ਮਰਜ਼ੀ ਕਰੀ ਜਾਓ। ਇਹਨਾਂ ਨੂੰ ਅਸੀਂ ਦੱਸ ਦਿਆਂਗੇ ਕਿ ਇਹ ਲੋਕ ਜਿਨ੍ਹਾਂ ਤੇ ਤੁਸੀਂ ਜ਼ਬਰ ਜ਼ੁਲਮ ਕਰਦੇ ਆ, ਜੇ ਇਹ ਸਹਿਣਾ ਵੀ ਜਾਣ ਗਿਆ ਤੇ ਫਿਰ ਇਹ ਹੱਕ ਲੈਣੇ ਵੀ ਜਾਣਦੇ ਆ। ਸੋ ਮੈਂ ਬਾਹਲਾ ਟਾਈਮ ਨੀ ਲੈਣਾ, ਇਹਦੀਆਂ ਫਰੀਦਕੋਟ ਦੇ ਵਿੱਚ ਪੈਂਦਾ, ਉੱਥੋਂ ਦਾ ਨੌਜਵਾਨ ਜਿਹੜਾ 23 ਤਰੀਕ ਨੂੰ ਘਰੋਂ ਚੱਕ ਕੇ, ਜਿਹਦੇ ਨਾਲ ਪਤਾ ਨਹੀਂ ਉਹਨਾਂ ਪੰਜਾਬ ਪੁਲਿਸ ਦੇ ਗੁੰਡਿਆਂ ਨੇ ਕੀ ਕੀਤਾ। ਅਸੀਂ ਉੱਥੇ ਗਿਆਸਪੁਰਾ ਹੁਣ ਵੀਰਾਂ ਦੇ ਨਾਲ ਪਰਸੋਂ ਜਾ ਕੇ ਆਏ ਹਾਂ, ਉੱਥੇ ਵੀ ਰੋਸ ਮਾਰਚ ਕੀਤਾ ਸੀ ਅਤੇ ਕੱਲ੍ਹ ਸ਼ਾਮ ਨੂੰ ਫਿਰੋਜ਼ਪੁਰ ਦੇ ਵਿੱਚ ਵੀ ਕੈਂਡਲ ਮਾਰਚ ਕੱਢਿਆ ਗਿਆ ਸੀ, ਜਿਹਦੇ ਵਿੱਚ ਅਸੀਂ ਚੱਲ ਕੇ ਇਹ ਚੀਜ਼ ਸਾਰੀ ਕੀਤੀ। ਵੀਰ ਲੱਖਾਂ ਸਧਾਣਾ ਵੀ ਪਹੁੰਚਿਆ ਸੀ, ਫਰੀਦਕੋਟ ਦੇ ਵਿੱਚ ਪੈਂਦਾ, ਉੱਥੋਂ ਦਾ ਨੌਜਵਾਨ ਜਿਹੜਾ 23 ਤਰੀਕ ਨੂੰ ਘਰੋਂ ਚੱਕ ਕੇ, ਜਿਹਦੇ ਨਾਲ ਪਤਾ ਨਹੀਂ ਉਹਨਾਂ ਪੰਜਾਬ ਪੁਲਿਸ ਦੇ ਗੁੰਡਿਆਂ ਨੇ ਕੀ ਕੀਤਾ। ਅਸੀਂ ਉੱਥੇ ਗਿਆਸਪੁਰਾ ਹੁਣ ਵੀਰਾਂ ਦੇ ਨਾਲ ਪਰਸੋਂ ਜਾ ਕੇ ਆਏ ਹਾਂ, ਉੱਥੇ ਵੀ ਰੋਸ ਮਾਰਚ ਕੀਤਾ ਸੀ ਅਤੇ ਕੱਲ੍ਹ ਸ਼ਾਮ ਨੂੰ ਫਿਰੋਜ਼ਪੁਰ ਦੇ ਵਿੱਚ ਵੀ ਕੈਂਡਲ ਮਾਰਚ ਕੱਢਿਆ ਗਿਆ ਸੀ, ਜਿਹਦੇ ਵਿੱਚ ਅਸੀਂ ਚੱਲ ਕੇ ਇਹ ਚੀਜ਼ ਸਾਰੀ ਕੀਤੀ। ਵੀਰ ਲੱਖਾਂ ਸਧਾਣਾ ਵੀ ਪਹੁੰਚਿਆ ਸੀ, ਅੱਜ ਸਾਰੇ ਅਸੀਂ ਇੱਕ ਢੋਲ ਕੇ ਲੜਨ ਲੈ।